ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ। ਸੀਸੀਟੀਵੀ ਚ ਕੈਦ ਹੋਈਆਂ ਇਹਨਾਂ ਤਸਵੀਰਾਂ ਚ ਦੇਖ ਰਹੇ ਹੋ ਕਿ ਗੁਰਦੁਆਰੇ ਚ ਗ੍ਰੰਥੀ ਸਾਹਿਬ ਪਾਠ ਕਰ ਰਹੇ ਨੇ। ਇੱਕ ਬਜ਼ੁਰਗ ਆਉਂਦੇ ਨੇ ਤੇ ਗੁਰੂ ਦੀ ਹਜ਼ੂਰੀ ਚ ਮੱਥਾ ਟੇਕਦੇ ਨੇ। ਹੌਲੀ ਹੌਲੀ ਪਰਿਕਰਮਾ ਲਈ ਤੁਰ ਪੈਂਦੇ ਨੇ, ਪਰ ਜਿਵੇਂ ਹੀ ਉਹ ਗ੍ਰੰਥੀ ਸਾਹਿਬਾਨ ਕੋਲ ਪਹੁੰਚਦੇ ਨੇ ਤਾਂ ਆਪਣੇ ਹੱਥ ਵਿੱਚ ਫੜੇ ਖੂੰਡੇ ਨਾਲ ਵਾਰ ਕਰ ਦਿੰਦੇ ਨੇ। ਜਿਵੇਂ ਹੀ ਭਾਈ ਜੀ ਦੇ ਖੂੰਡਾ ਵੱਜਦਾ ਹੈ ਤਾਂ ਉਹ ਪਾਠ ਕਰਦੇ ਕਰਦੇ ਪਿੱਠ ਭਾਰ ਨੂੰ ਗਿਰ ਜਾਂਦੇ ਨੇ। ਦੂਜੇ ਪਾਸੇ ਇੱਕ ਹੋਰ ਸਿੰਘ ਸਾਹਿਬਾਨ ਭੱਜ ਕੇ ਆਉਂਦੇ ਨੇ, ਪਰ ਉਹਨੇ ਸਮੇਂ ਨੂੰ ਤਾਂ ਬਜ਼ੁਰਗ ਵਿਅਕਤੀ ਭੱਜ ਲੈਂਦਾ ਹੈ ਤੇ ਦੋਨੋਂ ਉਸਨੂੰ ਫੜਨ ਲਈ ਪਿੱਛੇ ਭੱਜਦੇ ਨਜ਼ਰ ਆ ਰਹੇ ਨੇ। ਚਲੋ ਇੱਕ ਵਾਰ ਫਿਰ ਦੇਖੋ ਇਹ ਵੀਡੀਓ। ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਦੇ ਇਸ ਵੀਡੀਓ ਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ, ਪਰ ਇਹ ਵੀਡੀਓ ਹੈ ਕਿੱਥੋਂ ਦੀ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ। ਬਿਊਰੋ ਰਿਪੋਰਟ, G5 ਚੈਨਲ, ਪੰਜਾਬੀ। ਹਰ ਮੁੱਦੇ ਤੇ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ D5 ਚੈਨਲ ਪੰਜਾਬੀ। ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਸ਼ਤਿਹਾਰ, ਪ੍ਰਮੋਸ਼ਨ ਦੀ ਵੀਡੀਓ ਰਿਕਾਰਡਿੰਗ ਜਾਂ ਫਿਰ ਲਾਈਵ ਕਰਾਉਣ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ। +9 1 98 882 28 545 +9 1 98 144 13 453।